ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਇਸ ਵਕਤ ਕਰਦਾ ਹਾਂ ਜੀ ਸਾਰਿਆਂ ਨੂੰ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਈ ਲੈਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟੈਟ ਮਾਸਟਰ ਗ੍ਰੇਡਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸਬੰਧਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਦੇਖ ਸਕਦੇ ਹੋ ਕਿਉਂਕਿ ਸਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਇੰਡਸਿਵਿਲਾਈਜੇਸ਼ਨ ਦਾ ਪਾਰਟ ਨੰਬਰ 2 ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਫਰਸਟ ਪਾਰਟ ਅਤੇ ਥਿਊਰੀ ਜਿਹੜੀ ਹੈ ਉਹ ਕੰਪਲੀਟ ਹੈ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ ਸੋ ਹਿਸਟਰੀ ਆਫ ਇੰਡੀਆ ਜਨਨ ਕਿ ਇੰਸਰ ਹਿਸਟਰੀ ਜਿਹੜੀ ਹੈ ਪ੍ਰਾਚੀਨ ਹਿਸਟਰੀ ਜਿਹੜੀ ਹੈ ਉਸ ਬਾਰੇ ਆਪਾਂ ਡਿਸਕਸ ਕਰਦੇ ਪਏ ਆ ਸੋ ਇਹ ਤੁਹਾਨੂੰ ਮਾਸਟਰ ਜਿਹੜੀ ਐਂਟੀਟੀ ਪੀਐਸਪੀਸੀ ਜਿਹੜੀਆਂ ਹੈਗੀਆਂ ਨਵੀਆਂ ਪੋਸਟਾਂ ਆਈਆਂ ਹੈਗੀਆਂ ਪੀਐਸਪੀਸੀ ਲਈ ਪੰਜਾਬ ਪੁਲਿਸ ਲਈ ਸੁਪਰਵਾਈਜ਼ਰ ਅਤੇ ਪੀਐਸਟ ਟੈਕਜ਼ਾਮ ਦੇ ਲਈ ਤੁਹਾਨੂੰ ਹੈਲਪਫਲ ਰਹੂਗੀ ਸੋ so, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਏਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦਾ ਫੀਸ ਪੇ ਕਰਕੇ ਇਸ ਦੇ ਵਿੱਚ ਏਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਸੋ ਫਰਸਟ ਕੁਐਸਚਨ ਰਹੇਗਾ ਜੀ ਅੱਜ ਦਾ 26 ਨੰਬਰ ਕਾਲੀਬੰਗਾਂ ਨਗਰ ਦੀ ਖੋਜ ਕਦੋਂ ਕੀਤੀ ਗਈ ਸੋ ਆਪਸ਼ਨ 1923 ਦੇ ਵਿੱਚ অপਸ਼ਨ 2 ਹੈ 1953 ਦੇ ਵਿੱਚ অপਸ਼ਨ 3 ਹੈ 1934 ਦੇ ਵਿੱਚ ਅਤੇ অপਸ਼ਨ 4 ਹੈ 1960 ਦੇ ਵਿੱਚ ਸੋ ਕਾਲੀ ਬੰਗਾ ਜਿਹੜਾ ਇੱਕ ਪ੍ਰਸਿੱਧ ਨਗਰ ਰਿਹਾ ਸੀਗਾ ਉਸ ਸਮੇਂ ਦੇ ਵਿੱਚ ਜਿਸ ਦਾ ਨਾਮ ਕਾਲੀਆਂ ਬੰਗਾ ਬਣਾਉਣ ਦੇ ਕਾਰਨ ਕਰਕੇ ਕਾਲੀ ਬੰਗਾ ਪੈ ਗਿਆ ਸੀ ਸੋ ਇਸ ਨਗਰ ਦੀ ਜਿਹੜੀ ਖੋਜ ਕੀਤੀ ਗਈ ਸੀਗੀ ਜੋ ਕਿ ਹੜੱਪਾ ਸਭੱਤਾ ਦੇ ਨਾਲ ਸੰਬੰਧਿਤ ਅਵਿਸ਼ੇਸ਼ਾਂ ਦੇ ਨਾਲ ਭਰਿਆ ਹੋਇਆ ਸੀ ਸੋ ਇਸ ਸਥਾਨ ਦੀ ਖੋਜ 1953 ਦੇ ਵਿੱਚ ਕੀਤੀ ਗਈ ਸੀ ਸੋ ਵੈਰੀ ਵੈਰੀ ਇੰਪੋਰਟੈਂਟ ਹੈ ਸੋ ਕਾਲੀਬੰਗਾ ਜਿਹੜੀਆਂ ਇੱਥੇ ਬਣਾਈਆਂ ਜਾਂਦੀਆਂ ਸੀ ਜਿਹਦੇ ਕਾਰਨ ਕਰਕੇ ਇਸ ਦਾ ਨਾਮ ਕਾਲੀਬੰਗਾ ਪੈ ਗਿਆ ਸੀਗਾ ਨੈਕਸਟ ਹੈ ਕਾਲੀਬੰਗਾ ਨਗਰ ਦੀ ਖੋਜ ਕਿਸ ਨੇ ਕੀਤੀ ਸੋ ਆਪਸ਼ਨ 1 ਹੈ ਏ ਕੋਸ਼ ਨੇ ਆਪਸ਼ਨ 2 ਹੈ ਐਸ ਆਰ राव ਆਪਸ਼ਨ 3 ਹੈ ਡੀ ਆਰ 사ਨੀ ਅਤੇ ਆਪਸ਼ਨ 4 ਹੈ ਐਨ ਜੀ ਮਯੂਮਦਾਰ ਸੋ ਕਾਲੀਬੰਗਾ ਨਗਰ ਜਿਹੜਾ ਕਿ ਪ੍ਰਸਿੱਧ ਨਗਰ ਸੀ ਇਸ ਨਗਰ ਦੀ ਜਿਹੜੀ ਖੋਜ ਕੀਤੀ ਗਈ ਸੀ 1953 ਦੇ ਵਿੱਚ ਏ ਕੋਸ਼ ਨੇ ਕੀਤੀ ਸੀਗੀ ਸੋ ਇਸਦਾ ਹੀ ਰਾਈਟ ਆਨਸਰ ਰਹੇਗਾ ਬਟ ਇਹ ਪਹਿਲਾਂ ਕੀਤੀ ਸੀ ਸਭ ਤੋਂ ਪਹਿਲਾਂ 1953 ਦੇ ਵਿੱਚ ਇਸ ਨੇ ਕੀਤੀ ਸੀਗੀ ਇਸ ਤੋਂ ਬਾਅਦ ਦੋ ਵਿਅਕਤੀ ਹੋਰ ਬੀਕੇ <th>ਪਰ ਬੀਕੇ <th>ਪਰ ਅਤੇ ਬੀਬੀ ਲਾਲ ਇਹਨਾਂ ਨੇ ਬਾਅਦ ਦੇ ਵਿੱਚ ਜਿਹੜੀ ਹੈ ਖੋਜ ਨੂੰ ਕੰਟੀਨਿਊ ਰੱਖਿਆ ਸੀਗਾ ਜਨਕਿ ਬਾਅਦ ਦੇ ਵਿੱਚ ਇਸ ਤੋਂ ਬਾਅਦ ਏ ਕੋਸ਼ ਤੋਂ ਬਾਅਦ ਇਹ ਦੋ ਵਿਅਕਤੀਆਂ ਨੇ ਮਿਲ ਕੇ ਜਿਹੜਾ ਹੈ ਅੱਗੇ ਖੋਜ ਕੀਤੀ ਸੀਗੀ ਕਾਲੀ ਬੰਗਾ ਖੇਤਰ ਦੀ ਨੈਕਸਟ ਹੈ 28 ਨੰਬਰ ਲੋਥਲ ਨਗਰ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਸੋ ਧਿਆਨ ਰੱਖਣਾ ਕਿ ਕਾਲੀਬੰਗਾ ਜਿਹੜਾ ਨਗਰ ਸੀਗਾ ਇਹ ਰਾਜਸਥਾਨ ਪ੍ਰਾਂਤ ਦੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਸਥਿਤ ਸੀ ਜੋ ਕਿ ਲਾਸਟ ਦਿਨ ਰਿਲੇਟਡ ਸੀ ਓਕੇ ਨੈਕਸਟ ਹੈ ਲੋਥਲ ਨਗਰ ਕਿਹੜੇ ਰਾਜ ਦੇ ਵਿੱਚ ਸਥਿਤ ਹੈ ਸੋ ਆਪਸ਼ਨ 1 ਹੈ ਪੰਜਾਬ ਦੇ ਵਿੱਚ ਆਪਸ਼ਨ 2 ਹੈ ਹਰਿਆਣਾ ਦੇ ਵਿੱਚ ਆਪਸ਼ਨ 3 ਹੈ ਗੁਜਰਾਤ ਦੇ ਵਿੱਚ ਅਤੇ ਆਪਸ਼ਨ 4 ਹੈ ਰਾਜਸਥਾਨ ਦੇ ਵਿੱਚ ਤਾਂ ਲੋਥਲ ਨਗਰ ਜਿਹੜਾ ਹੈ ਸਥਿਤ ਹੈ ਜਿੰਨਾਂ ਦੇ ਵਿੱਚੋਂ ਗੁਜਰਾਤ ਰਾਜ ਦੇ ਵਿੱਚ ਅਤੇ ਗੁਜਰਾਤ ਰਾਜ ਦੇ ਅਹਮਦਾਬਾਦ ਜ਼ਿਲ੍ਹੇ ਦੇ ਵਿੱਚ ਇਹ ਸਥਾਨ ਪੈ ਜਾਂਦਾ ਹੈ ओके ਲੋਥਲ ਨਗਰ ਜੋ ਕਿ ਹੜੱਪਾ ਸਭਿਤਾ ਦੇ ਨਾਲ ਸੰਬੰਧਿਤ ਇੱਕ ਖੇਤਰ ਹੈ ਸੋ ਇਹ ਭਾਰਤ ਰਾਜ ਦੇ ਗੁਜਰਾਤ ਰਾਜ ਦੇ ਵਿੱਚ ਪੈਂਦਾ ਹੈ ਅਤੇ ਗੁਜਰਾਤ ਦੇ ਅਹਮਦਾਬਾਦ ਜ਼ਿਲ੍ਹੇ ਦੇ ਵਿੱਚ ਸਥਿਤ ਹੈਗਾ ਜਿੱਥੇ ਕਿ ਇੱਕ ਵੱਡੀ ਬੰਦਰਗਾਹ ਪਾਈ ਗਈ ਸੀਗੀ ਔਰ ਇਸ ਬੰਦਰਗਾਹ ਤੋਂ ਤਕਰੀਬਨ ਪੱਛਮੀ ਏਸ਼ੀਆ ਦੇ ਸਾਰੇ ਦੇਸ਼ਾਂ ਦੇ ਨਾਲ ਵਪਾਰ ਚੱਲਦਾ ਸੀਗਾ ਇਸ ਖੇਤਰ ਤੋਂ ਨੈਕਸਟ ਹੈ 29 ਨੰਬਰ ਲੋਥਲ ਨਗਰ ਦੀ ਖੋਜ ਐਸ ਆਰ ਰਾਓ ਨੇ ਕਦੋਂ ਕੀਤੀ ਸੋ ਆਪਸ਼ਨ 1 ਹੈ 1857 ਆਪਸ਼ਨ 2 ਹੈ 1957 ਆਪਸ਼ਨ 3 ਹੈ 1931 ਅਤੇ ਆਪਸ਼ਨ 4 ਹੈ 1956 ਸੋ ਧਿਆਨ ਰੱਖਣਾ ਕਿ ਇਸ ਨਗਰ ਦੀ ਜਾਨੀ ਕਿ ਲੋਥਲ ਨਗਰ ਜਿਹੜਾ ਹੈ ਇਸ ਦੀ ਖੋਜ ਜਿਹੜੀ ਹੈ ਉਹ ਐਸ ਆਰ ਰਾਓ ਨੇ ਕੀਤੀ ਸੀਗੀ ਅਤੇ ਇਹ ਖੋਜ 1957 ਦੇ ਵਿੱਚ ਕੀਤੀ ਗਈ ਸੀਗੀ ਐਸ ਆਰ ਰਾਓ ਦੇ ਨਾਲ ਠੀਕ ਹੈ ਸੋ ਦੋ ਕੁ ਬੰਦੇ ਨੇ ਸੋ ਦੋਨੋਂ ਹੀ ਜਿਹੜੇ ਤੁਸੀਂ ਯਾਦ ਰੱਖਣੇ ਨੇ ਓਕੇ 1957 ਦੇ ਵਿੱਚ ਖੋਜ ਹੋਈ ਹੈ ਅਤੇ SRAO ਨੇ ਇਸ ਨੂੰ ਖੋਜਿਆ ਸੀਗਾ ਇੱਥੇ ਇੱਕ ਵੱਡੀ ਬੰਦਰਗਾਹ ਪਈ ਸੀ ਜਿਹਦੇ ਕਾਰਨ ਕਰਕੇ ਇਹ ਨਗਰ ਉਸ ਸਮੇਂ ਦੇ ਵਿੱਚ ਪ੍ਰਸਿੱਧ ਹੁੰਦਾ ਸੀ ਅਤੇ ਇਸ ਬੰਦਰਗਾਹ ਤੋਂ ਪੱਛਮੀ ਏਸ਼ੀਆ ਦੇ ਸਾਰੇ ਦੇਸ਼ਾਂ ਦੇ ਨਾਲ ਇਸ ਖੇਤਰ ਤੋਂ ਵਪਾਰ ਕੀਤਾ ਜਾਂਦਾ ਸੀ ਨੈਕਸਟ ਹੈ 3 ਨੰਬਰ ਮਣਕੇ ਬਣਾਉਣ ਦਾ ਕਾਰਖਾਨਾ ਕਿਹੜੇ ਸਥਾਨ ਤੋਂ ਮਿਲਿਆ ਸੀ অপਸ਼ਨ 1 ਹੈ ਕਾਲੀਬੰਗਾ অপਸ਼ਨ 2 ਹੈ ਲੋਥਲ অপਸ਼ਨ 3 ਹੈ ਆਲਮਗੀਰਪੁਰ ਅਤੇ অপਸ਼ਨ 4 ਹੈ ਪਣਾਵਲੀ ਸੋ ਮਣਕੇ ਬਣਾਉਣ ਦਾ ਕਾਰਖਾਨਾ ਜੋ ਕਿ ਪ੍ਰਾਚੀਨ ਸਮੇਂ ਦੇ ਵਿੱਚ ਸਿੱਧੂ ਕੱਟ ਦੀ ਸਭਿਤਾ ਦੇ ਲੋਕ ਇਸ ਕਾਰਖਾਨੇ ਦੇ ਵਿੱਚ ਕੰਮ ਕਰਦੇ ਸੀ ਅਤੇ ਇਤੋਂ ਬਹੁਤ ਸਾਰੇ ਜਿਹੜੇ ਕਸਦੇ ਮਣਕੇ ਆਦੇ ਸੋ ਇਸ ਸਥਾਨ ਤੋਂ ਜਿਹੜਾ ਹੈ ਮਣਕੇ ਬਣਾਉਣ ਦਾ ਕਾਰਖਾਨਾ ਮਿਲਿਆ ਸੀ ਸੋ ਕਾਫੀ ਇੰਪੋਰਟੈਂਟ ਹੈ ਇਸ ਵਾਰੀ ਵੀ ਜਿਹੜਾ ਕੁਐਸਚਨ ਉਹ ਆਏ ਹੋਏਗੇ ਨੇ ਸੋ ਲੋਥਲ ਸਥਾਨ ਸੀ ਜਿਸ ਸਥਾਨ ਵਿਖੇ ਉਹ ਮਣਕੇ ਬਣਾਉਣ ਦਾ ਕਾਰਖਾਨਾ ਮਿਲਿਆ ਸੀ ਸੋ ਇਹ ਗੁਜਰਾਤ ਪ੍ਰਾਂਤ ਦੇ ਵਿੱਚ ਸਥਿਤ ਹੈ ਤੇ ਜ਼ਿਲ੍ਹਾ ਅਹਮਦਬਾਦ ਦੇ ਵਿੱਚ ਪੈਂਦਾ ਹੈ ਗਗਾ ਲੋਥਲ ਨੈਕਸਟ ਹੈ 31 ਨੰਬਰ ਆਲਮਗੀਰਪੁਰ ਨਗਰ ਦੀ ਖੋਜ ਕਿਸ ਨੇ ਕੀਤੀ ਸੀ ਸੋ ਆਪਸ਼ਨ 1 ਹੈ ਐਸਐਸ ਤਲਵਾਰਡ ਆਪਸ਼ਨ 2 ਹੈ ਆਰਐਸ ਬਿਸਟ ਅਤੇ ਆਪਸ਼ਨ 3 ਹੈ ਵਾਈਡੀ ਸ਼ਰਮਾ ਅਤੇ ਆਪਸ਼ਨ 4 ਹੈ ਆਰਬੀ ਬਨਰਜੀ ਸੋ ਇਹਨਾਂ ਦੇ ਵਿੱਚੋਂ ਕਿਸ ਨੇ ਜਿਹੜਾ ਹੈ ਆਲਮਗੀਰਪੁਰ ਨਗਰ ਦੀ ਖੋਜ ਕੀਤੀ ਸੀ ਸੋ ਰਾਈਟ ਆਨਸਰ ਹੈ ਇਸ ਦਾ वाई डी शर्मा सो वाई डी शर्मा ਦੇ ਦੁਆਰਾ ਆਲਮਗੀਰਪੁਰ ਨਗਰ ਦੀ ਜਿਹੜੀ ਹੈ ਖੋਜ ਕੀਤੀ ਗਈ ਸੀ ਅਤੇ ਇਹ ਨਗਰ ਜਿਹੜਾ ਹੈ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਠ ਦੇ ਵਿੱਚ ਪੈਂਦਾ ਹੈ ਸੋ ਧਿਆਨ ਰੱਖਣਾ ਕਿ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਮੇਰਠ ਜਿਹੜਾ ਸਥਾਨ ਹੈ ਸੋ ਉੱਥੇ ਇਸ ਸਥਾਨ ਦੀ ਜਿਹੜੀ ਆ ਉਹ ਖੋਜ ਕੀਤੀ ਗਈ ਸੀਗੀ ਨੈਕਸਟ ਹੈ 32 ਨੰਬਰ ਆਲਮਗੀਰਪੁਰ ਨਗਰ ਦੀ ਖੋਜ ਕਦੋਂ ਕੀਤੀ ਗਈ ਸੀ ਸੋ ਆਪਸ਼ਨ 1 ਹੈ 1960 ਦੇ ਵਿੱਚ ਆਪਸ਼ਨ 2 ਹੈ 1966 ਦੇ ਵਿੱਚ ਆਪਸ਼ਨ 3 ਹੈ 1956 ਦੇ ਵਿੱਚ ਅਤੇ ਆਪਸ਼ਨ 4 ਹੈ 1958 ਦੇ ਵਿੱਚ ਸੋ ਆਲਮਗੀਰਪੁਰ ਜਿਹੜਾ ਨਗਰ ਹੈ ਸੋ ਇਸ ਦੀ ਖੋਜ ਜਿਹੜੀ ਹੈ ਵਾਈ ਡੀ ਸ਼ਰਮਾ ਦੇ ਦੁਆਰਾ ਕੀਤੀ ਗਈ ਸੀ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਮੇਰਠ ਰਾਜ ਦੇ ਵਿੱਚ ਸਥਿਤ ਹੈ ਅਤੇ ਇਸ ਦੀ ਖੋਜ ਜਿਹੜੀ ਹੈ ਉਹ 1958 ਦੇ ਵਿੱਚ ਕੀਤੀ ਗਈ ਸੀ ਜੀ ਨੈਕਸਟ ਹੈ 33 ਨੰਬਰ ਸੰਗੋਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਪੈਂਦਾ ਹੈ ਸੋ ਆਪਸ਼ਨ 1 ਹੈ ਲੁਧਿਆਣਾ ਆਪਸ਼ਨ 2 ਹੈ ਰੋਪੜ ਆਪਸ਼ਨ 3 ਹੈ ਮੋਹਾਲੀ ਅਤੇ ਆਪਸ਼ਨ 4 ਹੈ ਤਰਨਤਾਰਨ ਸੋ ਸੰਘੋਲ ਜਿਹੜਾ ਹੈ ਪੰਜਾਬ ਦੇ ਵਿੱਚ ਪੈਂਦਾ ਇੱਕ ਖੇਤਰ ਹੈ ਜੋ ਕਿ ਹੜੱਪਾ ਸਭਿਤਾ ਦੇ ਨਾਲ ਸਿੰਧ ਘਾਟੀ ਦੀ ਸਭਿਤਾ ਦੇ ਨਾਲ ਸੰਬੰਧਿਤ ਹੈ ਸੋ ਸੰਘੋਲ ਜਿਹੜਾ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੋ ਕਿ ਪੂਰਬੀ ਪੰਜਾਬ ਦੇ ਵਿੱਚ ਸਥਿਤ ਹੈ ਸਾਡੇ ਭਾਰਤੀ ਪੰਜਾਬ ਦੇ ਵਿੱਚ ਨੈਕਸਟ ਹੈ 34 ਨੰਬਰ ਸੰਘੋਲ ਨਗਰ ਦੀ ਖੋਜ ਕਦੋਂ ਹੋਈ ਸੋ ਆਪਸ਼ਨ 1 ਹੈ 1960 ਦੇ ਵਿੱਚ অপਸ਼ਨ 2 ਹੈ 1968 ਦੇ ਵਿੱਚ অপਸ਼ਨ 3 ਹੈ 1972 ਦੇ ਵਿੱਚ ਅਤੇ অপਸ਼ਨ 4 ਹੈ 1970 ਦੇ ਵਿੱਚ ਸੋ ਸੰਗੋਲਨਗਰ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਸੋ ਇਸ ਦੀ ਖੋਜ ਜਿਹੜੀ ਹੈ ਉਹ 1968 ਦੇ ਵਿੱਚ ਕੀਤੀ ਗਈ ਸੀਗੀ ਅਤੇ ਇਹ ਉਹ ਨਗਰ ਹੈ ਸੰਗੋਲ ਜਿਸ ਦੇ ਚਾਰੋਂ ਤਰਫ ਜਿਹੜਾ ਹੈ ਇੱਕ ਖਾਈ ਮਿਲੀ ਸੀਗੀ ਜਿਸ ਦੇ ਵਿੱਚ ਪਾਣੀ ਭਰਿਆ ਹੁੰਦਾ ਸੀ ਜੋ ਕਿ ਉਸ ਸਮੇਂ ਦੁਸ਼ਮਣਾਂ ਤੋਂ ਸੁਰੱਖਿਆ ਦੇ ਲਈ ਜਿਹੜਾ ਪ੍ਰਯੋਗ ਕੀਤੀ ਜਾਂਦੀ ਸੀ ਸੋ ਵੈਰੀ ਵੈਰੀ ਇੰਪੋਰਟੈਂਟ ਹੈ ਨੈਕਸਟ ਹੈ ਪੈਂਤੀ ਨੰਬਰ ਐਸ ਐਸ ਤਲਵਾਰੜ ਅਤੇ ਆਰ ਐਸ ਬਿਸਟ ਨੇ ਕਿਹੜੇ ਨਗਰ ਦੀ ਖੋਜ ਕੀਤੀ ਸੋ ਆਪਸ਼ਨ 1 ਹੈ ਆਲਮਗੀਰਪੁਰ ਆਪਸ਼ਨ 2 ਹੈ ਬਣਾਵਾਲੀ ਆਪਸ਼ਨ 3 ਹੈ ਸੰਘੋਲ ਅਤੇ ਆਪਸ਼ਨ 4 ਹੈ ਕਾਲੀਬੰਗਾ ਸੋ ਐਸ ਐਸ ਤਲਵਾਰੜ ਅਤੇ ਆਰ ਐਸ ਬਿਸਟ ਇਹਨਾਂ ਦੋਨਾਂ ਵਿਅਕਤੀਆਂ ਨੇ ਮਿਲ ਕੇ ਇਹਨਾਂ ਦੇ ਵਿੱਚੋਂ ਖੋਜ ਕੀਤੀ ਸੀਗੀ ਸੰਘੋਲ ਨਗਰ ਦੀ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਨੈਕਸਟ ਹੈ 36 ਨੰਬਰ ਬਣਾਵਾਲੀ ਖੇਤਰ ਭਾਰ ਦੇ ਕਿਹੜੇ ਰਾਜ ਵਿੱਚ ਸਥਿਤ ਹੈ অপশন 1 ਹੈ ਪੰਜਾਬ অপশন 2 ਹੈ ਹਰਿਆਣਾ অপশন 3 ਹੈ ਰਾਜਸਥਾਨ ਅਤੇ অপশন 4 ਹੈ ਗੁਜਰਾਤ ਸੋ ਬਣਾਵਲੀ ਜਿਹੜਾ ਹੈ ਇਹਨਾਂ ਦੇ ਵਿੱਚੋਂ ਸਥਿਤ ਹੈ ਜੀ ਹਰਿਆਣਾ ਰਾਜ ਦੇ ਵਿੱਚ ਅਤੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਵਿੱਚ ਸਥਿਤ ਹੈ ਜੀ ਬਣਾਵਲੀ ਖੇਤਰ ਸੋ ਵੈਰੀ ਵੈਰੀ ਇੰਪੋਰਟੈਂਟ ਹੈ ਠੀਕ ਹੈ ਸੋ ਬਣਾਵਲੀ ਜਿਹੜਾ ਖੇਤਰ ਹੈ ਹਰਿਆਣਾ ਰਾਜ ਦੇ ਵਿੱਚ ਸਥਿਤ ਹੈ ਤੇ ਹਿਸਾਰ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਹੈਗਾ ਨੈਕਸਟ ਹੈ 73 ਨੰਬਰ ਬਣਾਵਲੀ ਨਗਰ ਦੀ ਖੋਜ ਕਦੋਂ ਹੋਈ ਸੋ ਆਪਸ਼ਨ 1 ਹੈ 1973 ਆਪਸ਼ਨ 3 ਹੈ 1981 ਆਪਸ਼ਨ 3 ਹੈ 1988 ਅਤੇ ਆਪਸ਼ਨ 4 ਹੈ 1979 ਸੋ ਬਣਾਵਲੀ ਨਗਰ ਦੀ ਜਿਹੜੀ ਖੋਜ ਹੋਈ ਸੀ ਇਹਨਾਂ ਦੇ ਵਿੱਚੋਂ 1973 ਦੇ ਵਿੱਚ ਹੋਈ ਸੀ ਜੋ ਕਿ ਹਰਿਆਣਾ ਰਾਜ ਦੇ ਵਿੱਚ ਸਥਿਤ ਹੈ ਨੈਕਸਟ ਹੈ 38 ਨੰਬਰ ਬਣਾਵਲੀ ਨਗਰ ਦੀ ਖੋਜ ਕਿਸ ਨੇ ਕੀਤੀ ਸੀ ਸੋ ਆਪਸ਼ਨ 1 ਹੈ ਆਰਐਸ ਬਿਸਟ ਆਪਸ਼ਨ 2 ਹੈ ਆਰਡੀ ਵੈਨਰਜੀ ਆਪਸ਼ਨ 3 ਹੈ ਐਸਐਸ ਤਲਵਾਰ ਅਤੇ ਆਪਸ਼ਨ 4 ਹੈ ਬੀ ਕੇਥਾ ਪਰ ਸੋ ਇਹਨਾਂ ਦੇ ਵਿੱਚੋਂ ਬਣਾਵਲੀ ਨਗਰ ਦੀ ਜਿਹੜੀ ਖੋਜ ਕੀਤੀ ਗਈ ਸੀ ਜੋ ਕਿ ਹਰਿਆਣਾ ਰਾਜ ਦੇ ਹਾਰਜਲੇ ਵਿੱਚ ਸਥਿਤ ਹੈ ਸੋ ਇਸ ਦੀ ਖੋਜ ਜਿਹੜੀ ਹੈ ਉਹ ਆਰ ਐਸ ਬਿਸ਼ਤ ਦੇ ਦੁਆਰਾ ਕੀਤੀ ਗਈ ਸੀਗੀ 1973 ਦੇ ਵਿੱਚ ਨੈਕਸਟ ਹੈ 39 ਨੰਬਰ ਸੋ ਵਿਸ਼ਾਲ ਇਸ਼ਨਾਨ ਘਰ ਕਿਹੜੇ ਸਥਾਨ ਤੋਂ ਮਿਲਿਆ ਸੀ ਸੋ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਸੋ ਆਪਸ਼ਨ 1 ਹੈ ਹੜੱप्पा ਤੋਂ ਆਪਸ਼ਨ 2 ਹੈ ਮਹੰਜੋਦੜੋ ਤੋਂ ਆਪਸ਼ਨ 3 ਹੈ ਆਲਮਗੀਰਪੁਰ ਤੋਂ ਅਤੇ ਆਪਸ਼ਨ 4 ਹੈ ਬਣਾਵਲੀ ਤੋਂ ਤਾਂ ਵਿਸ਼ਾਲ ਇਸ਼ਨਾਨ ਘਰ ਜਿਹੜਾ ਗ੍ਰੇਟ ਬਾਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਹ ਮਿਲਿਆ ਸੀਗਾ ਹੜੱਪਾ ਸਭਿਤਾ ਦੀ ਇੱਕ ਇਧਰ ਵਿੱਚੋਂ ਜਾਨੀ ਕਿ ਮਹਾਂਜੋਦੜੋ ਜਿਹੜਾ ਖੇਤਰ ਹੈ ਉਸ ਸਥਾਨ 'ਤੇ ਇਸ ਨੂੰ ਜਿਹੜਾ ਕਹਿ ਸਕਦੇ ਆ ਖੋਜਿਆ ਗਿਆ ਸੀਗਾ ਓਕੇ ਸੋ ਇਸ ਵਿਸ਼ਾਲ ਇਸ਼ਨਾਨ ਘਰ ਦੀ ਜਿਹੜੀ ਲੰਬਾਈ ਹੈਗੀ ਹੈਗੀ ਉਹ 180 ਫੁੱਟ ਹੈਗੀ ਹੈਗੀ ਅਤੇ ਚੌੜਾ ਜਿਹੜਾ ਹੈ ਇਹ 108 ਫੁੱਟ ਹੈਗਾਗਾ ਠੀਕ ਹੈ ਸੋ ਵੈਰੀ ਵੈਰੀ ਇੰਪੋਰਟੈਂਟ ਹੈ ਕਈ ਵਾਰੀ ਵੀ ਪੁੱਛ ਲੈਂਦੇ ਹੈ ਅਤੇ ਇਸੇ ਦੇ ਹੀ ਅੰਡਰ ਅੱਗੇ ਜਿਹੜਾ ਨੁਕਈ ਹੈਗੀ ਹੈ ਜਾਨੀ ਕਿ ਇਹ ਅੱਗੇ 39 ਫੁੱਟ ਜਿਹੜਾ ਲੰਬਾ ਹੈ ਅਤੇ 23 ਫੁੱਟ ਚੌੜਾ ਹੈਗਾਗਾ ਅਤੇ 8 ਫੁੱਟ ਜਿਹੜਾ ਇਹ ਡੂੰਗਾ ਪਾਇਆ ਗਿਆ ਹੈਗਾਗਾ ਠੀਕ ਹੈ ਸੋ ਇਹ ਕਾਫੀ ਜਿਹੜਾ ਫੇਮਸ ਹਾਸ ਸਮੇਂ ਇੱਕ ਤਲਾਦ ਰੂਪ ਦੇ ਵਿੱਚ ਕੰਮ ਕਰਦਾ ਸੀਗਾ ਤੇ ਬੜੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਤਿਆਰ ਕੀਤਾ ਗਿਆ ਸੀਗਾ ਨੈਕਸਟ ਹੈ 40 ਨੰਬਰ ਸਿੱਧ ਘਟ ਦੀ ਸਬਤਾ ਕਿਸ ਦੀ ਉਪਜ ਲਈ ਵਿਸ਼ਵ ਪ੍ਰਸਿੱਧ ਸੀ অপਸ਼ਨ 1 ਹੈ ਕਣਕ অপਸ਼ਨ 2 ਹੈ जौ অপਸ਼ਨ 3 ਹੈ ਮੱਕੀ ਅਤੇ অপਸ਼ਨ 4 ਹੈ ਕਪਾ ਸੋ ਸਿੱਧਕਟ ਦੀ ਸਭਿਤਾ ਸੀ ਕਿ ਜਿਹੜੀ ਉਹ ਵਿਸ਼ਵ ਦੇ ਵਿੱਚ ਇਹਨਾਂ ਦੇ ਲੋਕ ਪ੍ਰਸਿੱਧ ਸੀਗੀ ਕਪਾਹ ਦੇ ਲਈ ਕਿਉਂਕਿ ਸਿੱਧਕਟ ਦੀ ਸਭਿਤਾ ਹੈ ਸੀ ਜਿਸ ਦੇ ਵਿੱਚ ਜਿਹੜਾ ਕਪਾਹ ਸਭ ਤੋਂ ਵੱਧ ਉਗਾਇ ਜਾਂਦੀ ਸੀ ਅਤੇ ਏਹੀ ਖੇਤੀ ਜਿਹੜੀ ਹੈ ਉਹ ਸਿਰਫ ਇੱਥੇ ਹੀ ਕੀਤੀ ਜਾਂਦੀ ਸੀਗੀ ਹਾਲਾਂਕਿ ਕਣਕ ਜੋ ਇਹ ਵੀ ਉਗਾਏ ਜਾਂਦੇ ਸੀ ਇਸ ਤੋਂ ਇਲਾਵਾ ਚੌਲ ਹੋਗੇ ਨਾਰੀਅਲ ਖਜੂਰ ਸਬਜ਼ੀਆਂ ਇਹ ਵੀ ਮਿਲਦੀਆਂ ਸੀ ਬਟ ਇਹਨਾਂ ਦੇ ਵਿੱਚੋਂ ਕਪਾਹ ਸਭ ਤੋਂ ਵੱਧ ਪ੍ਰਸਿੱਧ ਸੀ ਕਿਉਂਕਿ ਇਹ ਕਪਾਹ ਜਿਹੜੀ ਹੈ ਬਾਕੀ ਦੇ ਦੇਸ਼ਾਂ ਦੇ ਵਿੱਚ ਭੇਜੀ ਜਾਂਦੀ ਸੀਗੀ ਇੱਥੋਂ ਨੈਕਸਟ ਹੈ 41 ਨੰਬਰ ਸਿੱਧ ਘਾਟੀ ਦੀ ਸਭਿਤਾ ਦਾ ਵਪਾਰ ਕਿਹੜੇ ਦਸ਼ਨ ਨਾਲ ਸੀ অপਸ਼ਨ 1 ਹੈ ਸੁਮੇਰ অপਸ਼ਨ 2 ਹੈ ਮਿਸਰ অপਸ਼ਨ 3 ਹੈ ਮੈਸੋਪੋਟਾਮੀਆ ਅਤੇ অপਸ਼ਨ 4 ਹੈ ਉਪਰੋਕਤ ਸਾਰੇ ਹੀ ਸੋ ਸਿੱਧ ਘਾਟੀ ਦੀ ਸਭਿਤਾ ਦਾ ਜਿਹੜਾ ਵਪਾਰ ਸੀ ਟ੍ਰੇਡ ਸੀ ਜਿਹੜਾ ਉਹ ਤਕਰੀਬਨ ਇਹਨਾਂ ਸਾਰਿਆਂ ਹੀ ਸਭਿਤਾਵਾਂ ਦੇ ਨਾਲ ਸੀ ਸੁਮੇਰ ਦੇ ਨਾਲ ਮਿਸਰ ਦੇ ਨਾਲ ਅਤੇ ਮੈਸੋਪੋਟਾਮੀਆ ਇਹਨਾਂ ਸਾਰਿਆਂ ਦੇ ਨਾਲ ਹੀ ਜਿਹੜਾ ਹੈ ਸਿੱਧ ਘਾਟੀ ਦੀ ਸਭਿਤਾ ਦੇ ਲੋਕ ਵਪਾਰ ਕਰਦੇ ਸੀ ਇਹਦੇ ਬੜੇ ਹੀ ਵਿਕਸਿਤ ਤਰੀਕੇ ਦੇ ਨਾਲ ਤੇ ਉन्नत ਵਪਾਰ ਸੀਗਾ ਉਸ ਸਮੇਂ ਦੇ ਵਿੱਚ ਨੈਕਸਟ ਹੈ ਬੇਲੀ ਨੰਬਰ ਸਿੱਧ ਘਾਟੀ ਦੀ ਸਭਿਤਾ ਦੇ ਲੋਕ ਆਯਾਤ ਕਰਦੇ ਸਨ ਸੋ ਆਪਸ਼ਨ 1 ਹੈ ਸੋਨਾ ਆਪਸ਼ਨ 2 ਹੈ ਸੂਤੀ ਕਪੜਾ ਆਪਸ਼ਨ 3 ਹੈ ਗਹਿਣੇ ਅਤੇ ਆਪਸ਼ਨ 4 ਹੈ ਮੋਤੀ ਸਿੱਧ ਘਾਟੀ ਦੀ ਸਭਿਤਾ ਦੇ ਲੋਕ ਆਯਾਤ ਕਰਦੇ ਸੀ ਆਜਾਤ ਤੋਂ ਭਾਵ ਹੈ ਕਿ ਵਿਦੇਸ਼ਾਂ ਤੋਂ ਕਿਹੜੀ ਚੀਜ਼ ਜਿਹੜੀ ਹੈ ਉਹ ਮੰਗਵਾਉਂਦੇ ਸੀਗੇ ਸਿੱਧ ਘਾਟੀ ਦੇ ਲੋਕ ਤਾਂ ਉੱਥੋਂ ਮੰਗਵਾਇਆ ਜਾਂਦਾ ਸੀਗਾ ਸੋਨਾ ਚਾਂਦੀ ਅਤੇ ਹਾਰ ਸ਼ਿੰਗਾਰ ਦਾ ਸਬੰਧ ਸੀ ਜਿਹੜਾ ਉਹ ਆਜਾਤ ਕੀਤਾ ਜਾਂਦਾ ਸੀ ਵਿਦੇਸ਼ਾਂ ਤੋਂ ਮਗਵਾਇਆ ਜਾਂਦਾ ਸੀ ਓਕੇ ਨੈਕਸਟ ਹੈ 43 ਨੰਬਰ ਸੱਤਗਾੜ ਦੀ ਸਭਿਤਾ ਦੇ ਲੋਕ ਨਿਰਜਾਤ ਕਰਦੇ ਸਨ ਯਾਨੀ ਕਿ ਭੇਜਦੇ ਸੀ ਵਿਦੇਸ਼ਾਂ ਨੂੰ ਆਪਸ਼ਨ 1 ਹੈ ਚਾਂਦੀ ਆਪਸ਼ਨ 2 ਹੈ ਲੋਹਾ ਆਪਸ਼ਨ 3 ਹੈ ਸੂਤੀ ਕਪੜਾ ਅਤੇ ਆਪਸ਼ਨ 4 ਹੈ ਕੋਈ ਨਹੀਂ ਇਨਾਂ ਚੋਂ ਤਾਂ ਸੱਤਗਾੜ ਦੇ ਲੋਕ ਨਿਰਜਾਤ ਕਰਦੇ ਸੀ ਵਿਦੇਸ਼ਾਂ ਦੇ ਵਿੱਚ ਭੇਜਦੇ ਸੀ ਇਹਨਾਂ ਚੋਂ ਸੂਤੀ ਕਪੜਾ ਧਿਆਨ ਰੱਖਣਾ ਓਕੇ ਸੂਤੀ ਕਪੜੇ ਤੋਂ ਲਾਵਾ ਗਹਿਣੇ ਮੋਤੀ ਹਾਥੀਦੰਦ ਲੰਗੂਰ ਬਾਂਦਰ ਮੋਰ ਇਹ ਚੀਜ਼ਾਂ ਵੀ ਜਿਹੜੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਭੇਜੀਆਂ ਜਾਂਦੀਆਂ ਸੀਗੀਆਂ ਸਿੱਧ ਘਾਟੀ ਦੇ ਲੋਕਾਂ ਦੇ ਦੁਆਰਾ ਨੈਕਸਟ ਹੈ 43 ਨੰਬਰ ਸਿੱਧ ਘਾਟੀ ਦੀ ਸਭਿਤਾ ਦੇ ਲੋਕ ਮਾਲ ਢੋਣ ਲਈ ਪ੍ਰਯੋਗ ਕਰਦੇ ਸਨ ਆਪਸ਼ਨ 1 ਹੈ ਕਾਰ ਆਪਸ਼ਨ 2 ਹੈ ਊਠ ਗੱਡੀ ਆਪਸ਼ਨ 3 ਹੈ ਬੈਲ ਗੱਡੀ ਅਤੇ ਆਪਸ਼ਨ 4 ਹੈ ਕਿਸ਼ਤੀ ਤਾਂ ਸਿੱਧ ਘਾਟੀ ਦੇ ਲੋਕ ਸੀਗੇ ਜਿਹੜੇ ਵਪਾਰ ਦੇ ਲਈ ਜਿਹੜਾ ਮਾਲ ਭਾਰੀ ਹੁੰਦਾ ਸੀ ਉਸ ਨੂੰ ਇੱਕ ਸਥਾਨ ਤੋਂ ਦੂਸਰੇ ਸਥਾਨ ਦੇ ਉੱਪਰ ਲਿਜਾਣ ਦੇ ਲਈ ਬੈਲ ਗੱਡੀ ਦਾ ਇਸਤੇਮਾਲ ਕਰਦੇ ਸੀ ਜੋ ਕਿ ਉਸ ਸਮੇਂ ਦੇ ਵਿੱਚ ਪ੍ਰਮੁੱਖ ਸਾਧਨ ਸੀਗਾ ਓਕੇ ਸੇਸ ਤੋਂ ਇਲਾਵਾ ਧਿਆਨ ਰੱਖਣਾ ਕਿ ਸਿੱਧੂ ਘਾਟ ਦੀ ਲੋਕ ਸੀਗੇ ਜਿਹੜੇ ਉਹ ਰਾਜਸਥਾਨ ਮੈਸੂਰ ਤੇ ਦੱਖਣੀ ਭਾਰਤ ਤੋਂ ਸੰਗਮਰਮਰ ਚਾਂਦੀ ਤੇ ਸੋਨਾ ਜਿਹੜਾ ਹੈ ਉਹ ਪ੍ਰਾਪਤ ਕਰਦੇ ਸੀਗੇ ਇਸ ਤੋਂ ਇਲਾਵਾ ਕਸ਼ਮੀਰ ਤੋਂ ਦੇਵਦਾਰ ਲੱਕੜੀ ਅਤੇ ਸ਼ਿਲਾਜੀਤ ਜਿਹੜੇ ਹੈ ਉਹ ਵੀ ਮਗਪਾਉਂਦੇ ਹੁੰਦੇ ਸੀਗੇ ਨੈਕਸਟ ਹੈ 45 ਨੰਬਰ ਹੜੱਪਾ ਸਭਿਅਤਾ ਦੇ ਲੋਕ ਕਿਸ ਦੇਵਤੇ ਦੀ ਪੂਜਾ ਕਰਦੇ ਸਨ অপਸ਼ਨ 1 ਹੈ ਇੰਦਰ অপਸ਼ਨ 2 ਹੈ ਵਿਸ਼ਨੂੰ অপਸ਼ਨ 3 ਹੈ ਯੋਗੇਸ਼ਵਰ ਅਤੇ অপਸ਼ਨ 4 ਹੈ ਰਾਮ ਤਾਂ ਸਿੱਧ ਘੱਟ ਦੀ ਸਭਿਅਤਾ ਦੇ ਲੋਕ ਜਾਂ ਹੜੱਪਾ ਸਭਿਅਤਾ ਦੇ ਲੋਕ ਸੀ ਜਿਹੜੇ ਉਹ ਪੂਜਾ ਕਰਦੇ ਸੀ ਇਹਨਾਂ ਦੇ ਵਿੱਚੋਂ ਯੋਗੇਸ਼ਵਰ ਦੇਵੇ ਦੇ ਜਨੁਤ੍ਰੀਮੁਖੀ ਜਾਂ ਪਸ਼ੂਪਤੀ ਵੀ ਕਿਹਾ ਜਾਂਦਾ ਸੀ ਜਿਸ ਦੇ ਤਿੰਨ ਮੂੰਹ ਦੱਸੇ ਗਏ ਸੀ ਅਤੇ ਉਸ ਦੇ ਆਲੇ-ਦੁਆਲੇ ਜਿਹੜੇ ਆ ਪਸ਼ੂ ਦਿਖਾਏ ਗਏ ਸੀ ਸੋ ਇਸ ਨੂੰ ਜਿਹੜਾ ਕਹਿ ਸਕਦੇ ਹਨ ਕਿ ਸ਼ਿਵ ਦਾ ਜਿਹੜਾ ਪ੍ਰਤੀਕ ਵੀ ਮੰਨਿਆ ਜਾਂਦਾ ਸੀਗਾ ਉਸ ਸਮੇਂ ਦੇ ਵਿੱਚ ਅਤੇ ਇਸ ਦੀਆਂ ਮੋਹਰਾਂ ਦੇ ਉੱਪਰ ਜਿਹੜੀ ਤਸਵੀਰ ਉਹ ਮਿਲਦੀ ਹੈ ਕਿ ਇਹ ਜੋ ਕਿ ਇੱਕ ਦੇਵਤੇ ਦਾ ਰੂਪ ਹੈ ਕਿਹਾ ਗਿਆ ਹੈ ਇਸ ਤੋਂ ਇਲਾਵਾ ਹੜੱਪਾ ਸਭਤਾ ਦੇ ਲੋਕ ਸੀਗੇ ਜਿਹੜੇ ਉਹ ਦੇਵੀ ਮਾਂ ਦਾ ਵੀ ਜਿਹੜੀ ਪੂਜਾ ਕਰਦੇ ਸੀ ਕਿਉਂਕਿ ਜਿੰਨੀਆਂ ਵੀ ਮੋਹਰਾਂ ਮਿਲੀਆਂ ਉਹਨਾਂ ਸਾਰਿਆਂ ਦੇ ਉੱਪਰ ਜਿਹੜਾ ਹੈ ਦੇਵੀ ਮਾਂ ਦੀ ਜਿਹੜੀ ਹੈ ਪਿਕਚਰ ਉਹ ਮਿਲੀ ਸੀਗੀ ਤੇ ਦੇਵੀ ਮਾਂ ਨੂੰ ਜਿਹੜਾ ਹੈ ਉਹ ਸਮੇਂ ਸ਼ਕਤੀ ਦਾ ਪ੍ਰਤੀਕ ਜਿਹੜਾ ਹੈ ਉਹ ਸਮਝਿਆ ਜਾਂਦਾ ਸੀਗਾ ਨੈਕਸਟ ਹੈ 40 ਨੰਬਰ ਹੜੱਪਾ ਸਭਤਾ ਦੇ ਲੋਕ ਕਿਹੜੇ ਪਸ਼ੂ ਦੀ ਪੂਜਾ ਨਹੀਂ ਕਰਦੇ ਸਨ অপਸ਼ਨ 1 ਹੈ ਹਾਥੀ ऑप्शन दो है गेंडा ऑप्शन तीन है बकरा और ऑप्शन चार है चोटा सो so, पूजा नहीं कर सी पूछा है सो राइट आंसर है बकरा सो so, इस तु तो अलावा हाथी गेंडा चोटा चीता सान दी पूजा करते बट बकरे की पूजा वो नहीं करते नैक्सट है संताली नंबर हड़प्पा सभ्यता के लोग कि रुख की पूजा करते सन वेरी वेरी इंपोर्टेंट क्वेश्चन ऑप्शन एक है पिपल ऑप्शन दो है निम অপশন 3 ਹੈ ਟਾਲੀ ਅਤੇ অপশন 4 ਹੈ ਜੰਡਾ ਸੋ ਹੜੱਪਾ ਸਭੱਤਾ ਦੇ ਲੋਕ ਸੀ ਜਿਹੜੇ ਉਹ ਇਹਨਾਂ ਦੇ ਵਿੱਚੋਂ ਸਭ ਤੋਂ ਪਵਿੱਤਰ ਸਮਝਦੇ ਸੀ ਪਿੱਪਲ ਨੂੰ ਅਤੇ ਉਸ ਦੀ ਜੜੀ ਹੈ ਉਹ ਪੂਜਾ ਕਰਦੇ ਹੁੰਦੇ ਸੀਗੇ ਨੈਕਸਟ ਹੈ 48 ਨੰਬਰ ਹੜੱਪਾ ਸਭੱਤਾ ਦੇ ਲੋਕ ਕਿਹੜੇ ਪੰਛੀ ਦੀ ਪੂਜਾ ਕਰਦੇ ਸਨ ਸੋ অপਸ਼ਨ 1 ਹੈ ਕਾਂ অপਸ਼ਨ 2 ਹੈ ਕੁਗੀ অপਸ਼ਨ 3 ਹੈ ਚਿੜੀ ਅਤੇ অপਸ਼ਨ 4 ਹੈ ਕਬੂਤਰ ਪੁੱਛਿਆ ਗਿਆ ਹੈ ਪੰਛੀ ਤਾਂ ਪੰਛੀਆਂ ਦੇ ਵਿੱਚ ਉਹ ਕੁੱਗੀ ਦੀ ਜਿਹੜੀ ਹੈ ਖਾਸ ਤੌਰ ਦੇ ਉੱਪਰ ਪੂਜਾ ਕਰਦੇ ਸੀ ਸੋ ਵੈਰੀ ਵੈਰੀ ਇੰਪੋਰਟੈਂਟ ਹੈ ਸਾਨੂੰ ਯਾਦ ਰੱਖਣਾ ਓਕੇ ਇਸ ਤੋਂ ਇਲਾਵਾ 나ਗ ਦੀ ਅਤੇ ਸੂਰਜ ਦੀ ਪੂਜਾ ਵੀ ਜਿਹੜੀ ਹੈ ਉਹ ਕੀਤੀ ਜਾਂਦੀ ਸੀ ਬਟ ਪੰਛੀਆਂ ਦੇ ਵਿੱਚ ਸਿਰਫ ਕੁੱਗੀ ਹੀ ਸੀ ਜਿਸਤੀ ਉਹ ਪੂਜਾ ਕਰਦੇ ਸੀਗੇ ਨੈਕਸਟ ਹੈ 49 ਨੰਬਰ ਹੜੱਪਾ ਸਭਤਾ ਦੇ ਲੋਕ ਕੀ ਖੇਡਣਾ ਪਸੰਦ ਕਰਦੇ ਸਨ ਆਪਸ਼ਨ 1 ਹੈ ਕ੍ਰਿਕਟ ਆਪਸ਼ਨ 2 ਹੈ ਸਤਰੰਜ ਆਪਸ਼ਨ 3 ਹੈ ਗੁੱਲੀ ਡੰਡਾ ਅਤੇ ਆਪਸ਼ਨ 4 ਹੈ ਕਬੱਡੀ ਤਾਂ ਮਨੋਰੰਜਨ ਦੇ ਸਾਧਨ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਜਿਹਨੂੰ ਸ਼ਕੀਨ ਸੀ ਉਹ ਖੇਡਣ ਦੇ ਉਸੇ ਸਤਰੰਜ ਸੁਸਤਰੰਜ ਖੇਡਣਾ ਸਭ ਤੋਂ ਵੱਧ ਪਸੰਦ ਕਰਦੇ ਸੀਗੇ ਇਸ ਤੋਂ ਇਲਾਵਾ ਸ਼ਿਕਾਰ ਖੇਡਣਾ ਮੱਛੀਆਂ ਫੜਨਾ ਪੰਛੀਆਂ ਨੂੰ ਪਾਲਣਾ ਜਾਨਵਰਾਂ ਦੀਆਂ ਲੜਾਈਆਂ ਦੇਖਣਾ ਸੰਗੀਤ ਨਾਚ ਹੋ ਗਿਆ ਇਹ ਸਾਰੇ ਵੀ ਉਹਨਾਂ ਦੇ ਸ਼ੌਂਕ ਸੀ ਬਟ ਸਭ ਤੋਂ ਵੱਧ ਜਿਹੜਾ ਉਹ ਸਤਰੰਜ ਖੇਡਣਾ ਪਸੰਦ ਕਰਦੇ ਸੀਗੇ ਨੈਕਸਟ ਹੈ 50 ਨੰਬਰ ਸਿੱਧ ਘੜਤੀ ਦੇ ਲੋਕ ਮੁਰ데요 ਦਾ ਸੰਸਕਾਰ ਕਿੰਨੇ ਤਰੀਕੇ ਨਾਲ ਕਰਦੇ ਸਨ ਆਪਸ਼ਨ 1 ਹੈ ਦੋ ਤਰੀਕੇ ਨਾਲ ਆਪਸ਼ਨ 3 ਦੋ ਹੈ ਚਾਰ ਤਰੀਕਿਆਂ ਦੇ ਨਾਲ ਅਤੇ অপਸ਼ਨ 4 ਹੈ ਤਿੰਨ ਹੈ 5 ਤਰੀਕਿਆਂ ਦੇ ਨਾਲ ਅਤੇ অপਸ਼ਨ 4 ਹੈ ਤਿੰਨ ਤਰੀਕਿਆਂ ਦੇ ਨਾਲ ਤਾਂ ਸਿੱਧ ਘਾਟੀ ਦੀ ਸਭਿਤਾ ਦੇ ਲੋਕ ਸੀ ਕਿ ਜਿਹੜੇ ਉਹ ਤਿੰਨ ਤਰੀਕਿਆਂ ਦੇ ਨਾਲ ਮੁਰਦਿਆਂ ਦਾ ਸੰਸਕਾਰ ਕਰਦੇ ਸੀ ਸੋ ਪਹਿਲਾ ਤਰੀਕਾ ਇਹ ਸੀ ਕਿ ਮੁਰਦੇ ਨੂੰ ਜਿਹੜਾ ਹੈ ਉਸ ਸਾੜ ਕੇ ਬਾਦ ਦੇ ਵਿੱਚ ਉਸ ਦੀ ਜਿਹੜੀ ਰਾਖ ਸੀ ਉਸ ਨੂੰ ਭਾਂਡੇ ਦੇ ਵਿੱਚ ਪਾ ਕੇ ਦਬਾ ਦਿੱਤਾ ਜਾਂਦਾ ਸੀ ਦੂਸਰਾ ਸੀ ਕਿ ਕਈ ਵਾਰ ਉਹ ਮੁਰਦੇ ਨੂੰ ਜਿਹੜਾ ਜ਼ਮੀਨ ਦੇ ਵਿੱਚ ਸਿੱਧਾ ਹੀ ਦਬਾ ਦਿੱਤਾ ਜਾਂਦਾ ਸੀ ਗੜ ਦਿੱਤਾ ਜਾਂਦਾ ਸੀ ਤੀਸਰਾ ਸੀਗਾ ਕਿ ਕਿਸੇ ਵੀ ਮਰਦ ਲਾਸ਼ ਨੂੰ ਉਹ ਖੁੱਲੀ ਜ਼ਮੀਨ ਦੇ ਉੱਪਰ ਸੁੱਟ ਦਿੰਦੇ ਸੀ ਅਤੇ ਜਦੋਂ ਉਸ ਦਾ ਜਿਹੜਾ ਪਿੰਜਰ ਬਾਕੀ ਰਹਿ ਜਾਂਦਾ ਸੀ ਉਸ ਨੂੰ ਬਾਅਦ ਦੇ ਵਿੱਚ ਉਹ ਦਬਾ ਦਿੰਦੇ ਸੀ ਤਾਂ ਇਹ ਤਿੰਨ ਮੈਥਡ ਸੀ ਜਿਹਦੇ ਨਾਲ ਉਹ ਮਰਦਿਆਂ ਦਾ ਸੰਸਕਾਰ ਕਰਦੇ ਸੀ ਓਕੇ ਸਿੱਸੀ ਆ ਜੇ ਸਾਡੇ ਅੱਜ ਦੇ ਸੈਸ਼ਨ ਦੇ ਕੁਚਨ ਸੋ ਉਮੀਦ ਕਰਦਾ ਕਿ ਸਰੰਦਲੀ ਹੈਲਪਫੁਲ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਇਹੜਾ ਜੇ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ